वाहिगुरु जी का खालसा वाहिगुरु जी की फतेह। गुरद्वारा साहब स्टॉकटन गदरी बाबिया के इतिहासिक स्थान के उत्ते 24वें महान नगर कीर्तन खालसा पंथ के साजना दिवस के मौके के उत्ते आप सब नू जी आयां नू स्वागत है। गुरद्वारा साहब तो सीधा प्रसारण पंजाबी रेडियो USA के उत्ते जिहड़ा ओह तुसीं देख रहे हैं। आओ तुहानू गुरद्वारा साहब के उत्ते चल रहे नगर कीर्तन के समागमां दे विच लै चलदे हां। इत्थों दा अखीं डिठा हाल तुहाडी नज़र जिहड़ा ओह पेश करदे हां। वाहेगुरु जी का खालसा वाहेगुरु जी की फतेह। इस मौके गुरद्वारा साहब स्टॉकटन विखे जिथे 24वां महान नगर कीर्तन खालसा पंथ के साजना दिवस में समर्पित वो चल रहा है, उसके समागम जो चल रहे आप सेवादारा के नाल गलबात जी कर रहे हैं। इस टाइम आप इतने वीर जे शेरे पंजाब ग्रुप उन्होंने नाल जुड़े हुए हैं, उन्होंने सेवादार गलबात करते हैं। वीर जी वाहेगुरु जी का खालसा वाहेगुरु जी की फतेह। की नाम है वीर जी? अमनदीप सिंह जी। अमनदीप जी जिहड़ा तुहाड़ा ग्रुप आ, सब तो पहलों दसो भी तुसीं किहड़े इलाके तो सारे जिहड़े सेवादार आ हैगे? इत्थों सैक्रामेंटो आ जी, स्टॉकटन मोडेस्टो ते समूह संगत ते मेरे सारे ड्राइवर भाईचारा अपना सारे नाल आ जी, अपने काम करदे आ रल मिल के। हाँ जी। सो किन्ने क जाणियां दा तुहाडा ग्रुप? ये 40 to 50 जाणे आ जी। ਤੇ ਤੁਸੀਂ ਹਰ ਨਗਰ ਕੀਰਤਨ ਦੇ ਉੱਤੇ ਜਾਂ ਵੱਖ ਵੱਖ ਨਗਰ ਕੀਰਤਨਾਂ ਦੇ ਉੱਤੇ ਸੇਵਾਵਾਂ ਦੇ ਲਈ ਪਹੁੰਚਦੇ ਹੋ? ਇਹ ਜੀ ਮੋਸਟਲੀ ਅਸੀਂ ਜੁੱਬਾ ਸਿਟੀ, ਟਰੇਸੀ, ਸਟਾਕਟਨ ਤੇ ਮੋਡੈਸਟੋ। ਹਾਂਜੀ। ਸੋ ਅੱਜ ਹਾਂਜੀ ਅੱਜ ਸੰਗਤਾਂ ਦੇ ਲਈ ਕੀ ਕੀ ਜਿਹੜਾ ਉਹ ਤੁਸੀਂ ਪਕਵਾਨ ਜਿਹੜੇ ਬਣਾ ਰਹੇ ਹੋ? ਅੱਜ ਜੀ ਪਹਿਲਾਂ ਤਾਂ ਸਵੇਰ ਪਨੀਰ ਵਾਲੇ ਪਕੌੜੇ ਆ, ਟਿੱਕੀ ਆ ਤੇ ਫਰਾਈਸ ਆ ਤੇ ਆਪਣਾ ਪਨੀਰ ਵਾਲੇ ਪਕੌੜੇ ਆ, ਸਮੋਸੇ ਆ ਜੀ ਤੇ ਇੱਧਰ ਦਹੀਂ ਭੱਲੇ ਆ ਤੇ ਆਪਣਾ ਕੁਲਚੇ ਛੋਲੇ ਆ ਜੀ। ਹਾਂਜੀ। ਸੋ ਸੰਗਤਾਂ ਦਾ ਇਕੱਠ ਨੂੰ ਦੇਖ ਕੇ ਤੁਹਾਨੂੰ ਕਿੱਦਾਂ ਜਿਹੜਾ ਉਹ ਲੱਗ? ਨਹੀਂ ਜੀ, ਬਹੁਤ ਹੁੰਮ ਹੁਮਾ ਕੇ ਸੰਗਤਾਂ ਪਹੁੰਚ ਰਹੀਆਂ ਜੀ ਖਾਲਸਾ ਸਾਜਨਾ ਦਿਵਸ ਦੇ ਉੱਤੇ, ਤੇ ਪਹਿਲਾਂ ਤਾਂ ਸਾਰਿਆਂ ਨੂੰ ਲੱਖ ਲੱਖ ਵਧਾਈ ਜੀ ਸਭ ਨੂੰ। ਹਾਂਜੀ ਹਾਂਜੀ। ਤੇ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜੀ, ਸੇਵਾਦਾਰ ਬਹੁਤ ਲਗਨ ਦੇ ਨਾਲ ਸੇਵਾ ਕਰ ਰਹੇ ਨੇ। ਕਿੱਦਣ ਦੇ ਲੱਗੇ ਹੋਏ ਆ ਤੁਸੀਂ ਇੱਥੇ? ਅਸੀਂ ਫਰਾਈਡੇ ਦੇ ਲੱਗੇ ਹੋਏ ਆ ਜੀ। ਠੀਕ ਹੈ। ਹਾਂਜੀ, ਫਰਾਈਡੇ ਦੇ ਲੱਗੇ ਹੋਏ ਸ਼ਾਮ ਦੇ। ਠੀਕ ਹੈ। ਤੇ ਬਹੁਤ ਵਧੀਆ ਚੱਲ ਰਿਹਾ ਜੀ। ਹਾਂਜੀ। ਹਰ ਸਾਲ ਦੀ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਸੰਗਤਾਂ ਦੇ ਵਿੱਚ ਵਾਧਾ ਹੀ ਜਿਹੜਾ ਉਹ ਹੁੰਦਾ ਆ, ਤੇ ਤੁਸੀਂ ਵੀ ਫਿਰ ਆਪਣੀਆਂ ਤਿਆਰੀਆਂ ਉਦਾਂ ਹੀ ਵਧਾ ਲੈਂਦੇ? ਹਾਂਜੀ ਹਾਂਜੀ ਜੀ। ਹਾਂਜੀ ਹਾਂਜੀ, ਸਾਨੂੰ ਤਾਂ ਪਹਿਲਾਂ ਤਿਆਰੀਆਂ ਕਰਨੀਆਂ ਪੈਂਦੀਆਂ ਜੀ। ਹਾਂਜੀ। ਨੀਂਦ ਪੂਰੀ ਹੋਈ ਮਾੜੀ ਮੋਟੀ ਜਾਂ ਲੱਗੇ ਹੋਏ ਆ ਇਦਾਂ ਹੀ ਦਿਨ ਰਾਤ? ਨਹੀਂ ਜੀ, 2-4 ਦਿਨ ਦੇ ਵਿੱਚ ਨੀਂਦ ਦਾ ਨਾ ਕੋਈ ਚੱਕਰ ਨਹੀਂ ਗਾ ਜੀ, ਸਾਨੂੰ ਸੇਵਾ ਦੇ ਨਾਲ ਹੈਗਾ, ਅਸੀਂ ਸੇਵਾ ਭਾਵਨਾ ਦੇ ਨਾਲ ਸੇਵਾ ਕਰੀ ਜਾਂਦੇ ਆ। 2-3 ਘੰਟੇ ਦੀ ਨੀਂਦ ਹੁੰਦੀ ਆ, ਉਨੀ ਕੁ ਚੱਲ ਬੰਦਾ ਗੁਜ਼ਾਰਾ ਕਰ ਲੈਂਦਾ। ਹਾਂਜੀ। ਤੇ ਹੋਰ ਜਿਹੜੇ ਨੌਜਵਾਨਾਂ ਦੇ ਦੁਆਰਾ ਤੁਹਾਡੇ ਵੱਲੋਂ ਜਿਹੜੀਆਂ ਹੋਰ ਕਈ ਥਾਵਾਂ ਦੇ ਉੱਤੇ ਸੇਵਾਵਾਂ ਜਿਹੜੀਆਂ ਚੱਲਦੀਆਂ ਆ, ਇਹ ਗੁਰੂ ਘਰਾਂ 'ਚ ਸੇਵਾਵਾਂ ਦੇ ਨਾਲ ਨਾਲ ਹੋਰ ਵੀ ਕੋਈ ਉਪਰਾਲੇ ਜਿਹੜੇ ਤੁਹਾਡੇ ਗਰੁੱਪ ਵੱਲੋਂ ਚੱਲਦੇ ਰਹਿੰਦੇ ਆ? ਨਹੀਂ ਜੀ, ਫਿਲਹਾਲ ਲੰਗਰ ਦੇ ਆ ਜੀ। ਹਾਂਜੀ, ਲੰਗਰ ਦੀ ਸੇਵਾ ਚੱਲ ਰਹੀ ਹੈ ਜੀ ਸਾਰੇ ਥਾਵਾਂ 'ਤੇ, ਅਤੇ ਵਧੀਆ ਚੱਲ ਹੰਗਾਰਾ ਮਿਲ ਰਿਹਾ ਜੀ ਸਾਰਿਆਂ ਲਈ। ਸਾਰੇ ਸਾਡੇ ਸਾਥੀ ਬਹੁਤ ਵਧੀਆ ਸਾਡੇ ਨਾਲ ਸਾਥ ਦਿੰਦੇ ਆ ਜੀ। ਹਾਂਜੀ। ਸੋ ਬਿਲਕੁਲ ਆਪਾਂ ਦੇਖ ਰਹੇ ਹਾਂ ਵੀ ਬਹੁਤ ਸਾਰੇ ਥਾਵਾਂ 'ਤੇ ਜਦੋਂ ਆਪਾਂ ਜਾਂਦੇ ਹਾਂ ਇੱਦਾਂ ਨੌਜਵਾਨ ਵੀਰ ਜਿਹੜੇ ਖਾਸ ਕਰਕੇ ਟਰੱਕਾਂ ਵਾਲੇ ਆ, ਦੇਖੋ ਪਤਾ ਕੀ ਹੈ ਕਈ ਵਾਰੀ ਕਹਿ ਦਿੰਦੇ ਵੀ ਟਰੱਕਾਂ ਵਾਲੇ ਜੀ ਇੱਦਾਂ ਕਰਦੇ ਇੰਨੀ ਕਮਾਈ ਹੈ, ਅਤੇ ਉਹ ਦੇਖੋ ਸੇਵਾ ਵੀ ਇੱਦਾਂ ਕਰਦੇ ਆ, ਦਿਨ ਰਾਤ ਇਹ ਕਰਦੇ, ਹੁਣ ਛੁੱਟੀ ਕਰਕੇ ਲੱਗੇ ਹੋਏ ਆ। ਸੋ ਆਪਾਂ ਨੂੰ ਇਹ ਚੀਜ਼ਾਂ ਜ਼ਰੂਰ ਸਿੱਖਣੀਆਂ ਚਾਹੀਦੀਆਂ ਇਹਨਾਂ ਸਾਰਿਆਂ ਤੋਂ। ਇਹ ਜਿਹੜੀ ਚੀਜ਼ ਆਪਣੀ ਬਹੁਤ ਵਧੀਆ ਸਿੱਖਣ ਵਾਲੀ ਆ ਵੀ ਜਿਹੜਾ ਵੰਡ ਕੇ ਛਕਣ ਦਾ ਕੰਸੈਪਟ ਆ, ਕਿਰਤ ਕਰਨ ਦਾ ਕੰਸੈਪਟ ਆ, ਤੁਸੀਂ ਇਹਨਾਂ ਵੀਰਾਂ ਤੋਂ ਜਿਹੜਾ ਉਹ ਸਿੱਖੋ। ਆਪਾਂ ਇਹ ਚੀਜ਼ਾਂ ਜਿਹੜੀਆਂ ਆਪਣੇ ਜ਼ਿੰਦਗੀ ਦੇ ਵਿੱਚ ਲੈ ਕੇ ਆਈਏ ਤਾਂ ਜੋ ਆਪਾਂ ਵੀ ਇਹਨਾਂ ਸੇਵਾਵਾਂ ਦੇ ਨਾਲ ਜੁੜੀਏ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ, ਇਹਨਾਂ ਸੇਵਾਦਾਰਾਂ ਨੂੰ ਹੌਸਲਾ ਵਧਾਈਏ ਅਤੇ ਆਉਣ ਵਾਲੇ ਸਾਲਾਂ ਦੇ ਵਿੱਚ ਇੱਦਾਂ ਹੀ ਲਗਾਤਾਰ ਹਰ ਥਾਂ ਦੇ ਉੱਤੇ ਸੇਵਾਵਾਂ ਕਰਦੇ ਰਹਿਣ। ਸ਼ੇਰੇ ਪੰਜਾਬ ਗਰੁੱਪ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਸਾਰੇ ਵੀਰਾਂ ਦਾ ਧੰਨਵਾਦ ਅਤੇ ਫਤਿਹ ਗੁਜਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੇਵਾਦਾਰਾਂ ਦੇ ਨਾਲ ਗੱਲਬਾਤ ਆਪਣੀ ਚੱਲ ਰਹੀ ਆ ਸਟੋਕਟਨ ਗੁਰਦੁਆਰਾ ਸਾਹਿਬ ਵਿਖੇ ਜਿੱਥੇ ਨਗਰ ਕੀਰਤਨ ਦੀਆਂ ਸਮਾਗਮ ਜਿਹੜੇ ਚੱਲ ਰਹੇ ਆ। ਆਓ ਹੋਰ ਸੇਵਾਦਾਰਾਂ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ। ਵੀਰ ਜੀ ਕੀ ਨਾਮ ਆ ਆਪਦਾ? ਦਵਿੰਦਰ ਸਿੰਘ ਜੀ। ਅਤੇ ਵੀਰ ਜੀ ਤੁਹਾਡੇ ਗਰੁੱਪ ਜਿਹੜੀ ਹੈ ਸੇਵਾ ਕਰ ਰਹੇ, ਉਹਦਾ ਗਰੁੱਪ ਦਾ ਵੀ ਕੋਈ ਨਾਮ ਹੈ ਜਾਂ ਸਾਰੇ ਜਾਣੇ ਮਿਲ ਜੁਲ ਕੇ ਉੱਤੇ ਹੀ ਆ? ਨਹੀਂ, ਸਾਰੇ ਜਾਣੇ ਗੁਰੂ ਘਰ ਵੱਲੋਂ ਹੀ ਸੇਵਾ ਕਰ ਰਹੇ ਆ ਜੀ, ਮਿਲ ਜੁਲ ਕੇ। ਠੀਕ ਹੈ ਜੀ। ਅੱਜ ਕੀ ਸੰਗਤਾਂ ਦੇ ਲਈ ਜਿਹੜਾ ਇੱਥੇ ਜਿਹੜੇ ਸੇਵਾਦਾਰ ਆ ਉਹ ਲੈ ਕੇ ਆਏ ਨੇ? ਬਸ ਜੀ ਲੰਗਰ ਤਿਆਰ ਆ ਸਾਰਾ ਗੁਰੂ ਘਰ ਵੱਲੋਂ, ਅਤੇ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ। ਹਾਂਜੀ। ਸੰਗਤਾਂ ਦੇ ਇਕੱਠ ਨੂੰ ਦੇਖ ਕੇ ਕਿੱਦਾਂ ਜਿਹੜਾ ਉਹ ਲੱਗ ਰਿਹਾ ਵੀ ਸੰਗਤਾਂ 'ਚ ਬਹੁਤ ਉਤਸ਼ਾਹ, ਰੌਣਕ ਬਹੁਤ? ਹਾਂਜੀ ਜੀ, ਬਹੁਤ ਜ਼ਿਆਦਾ ਸੰਗਤਾਂ ਦੇ ਉਤਸ਼ਾਹ ਆ ਅਤੇ ਸੰਗਤ ਵੀ ਬਹੁਤ ਜ਼ਿਆਦਾ ਆ ਅਤੇ ਆਪਣੇ ਵੱਲੋਂ ਪੂਰੀਆਂ ਤਿਆਰੀਆਂ ਜੀ। ਸੋ ਨਗਰ ਕੀਰਤਨ ਨੂੰ ਲੈ ਕੇ ਸੰਗਤਾਂ ਨੂੰ ਕੀ ਬੇਨਤੀ ਅਪੀਲ ਕਰਨਾ ਚਾਹੁੰਦੇ? ਬੇਨਤੀ ਤਾਂ ਇਹੀ ਆ, ਸਾਰੇ ਜਾਣੇ ਜਿਹੜੇ ਘਰ ਵੀ ਆ ਹੁੰਮ ਹੁਮਾ ਕੇ ਇੱਥੇ ਪਹੁੰਚੋ ਅਤੇ ਨਗਰ ਕੀਰਤਨ ਦੀਆਂ ਰੌਣਕਾਂ ਵਧਾਓ
ਬਹੁਤ ਧੰਨਵਾਦ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ।